ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ ਤੇ ਮੈਂ ਹਾਂ ਪਰਮਜੀਤ ਸੈਣੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਇਸ ਹਫਤੇ ਦੇ ਨਾਲ। ਆਓ ਸੁਣਾਨੇ ਆ ਪੰਜਾਬ ਦਾ ਹਾਲ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੀ ਚੇਤਾਵਨੀ, ਸੂਬਾ ਸਰਕਾਰ ਨੇ ਜਾਰੀ ਕੀਤਾ ਸੀ ਅਲਰਟ। ਇਸ ਦੇ ਚਲਦਿਆਂ ਸਰਕਾਰ ਨੇ ਸਕੂਲਾਂ ਨੂੰ ਵੀ ਕੀਤਾ ਸੀ ਬੰਦ। ਪਿਛਲੇ ਕਰੀਬ ਇੱਕ ਹਫਤੇ ਤੋਂ ਹੋ ਰਿਹਾ ਇੰਤਜ਼ਾਰ ਹੋਇਆ ਖਤਮ, ਮੌਸਮ ਨੇ ਲਈ ਕਰਵਟ। ਪੰਜਾਬ ਦੇ ਕਈ ਖੇਤਰਾਂ ਵਿੱਚ ਅੱਜ ਦਿਨ ਹੀ ਛਾਇਆ ਘੁੱਪ ਹਨੇਰਾ। ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਖਿਲਾਫ ਪਰਚਾ ਦਰਜ ਕਰਨ ਵਾਲੇ SHO ਬਾਜਵਾ ਦੇ ਕਿਰਦਾਰ ਤੇ ਉੱਠ ਰਹੇ ਨੇ ਸਵਾਲ। ਬੀਤੇ ਦਿਨੀ SHO ਬਾਜਵਾ ਜਲੰਧਰ ਦੀ ਅਦਾਲਤ ਵਿੱਚ ਸੁਰੱਖਿਆ ਮੰਗਣ ਪਹੁੰਚਿਆ ਤਾਂ ਪੁਲਿਸ ਨੇ ਕੀਤਾ ਗ੍ਰਿਫਤਾਰ। ਦੂਸਰੇ ਪਾਸੇ ਲਾਡੀ ਸ਼ੇਰੋਵਾਲੀਆ ਤੋਂ ਵੀ ਲੋਕ ਮੰਗ ਰਹੇ ਨੇ ਜਵਾਬ। ਨਾਮਜ਼ਦਗੀ ਭਰਨ ਆਏ ਲਾਡੀ ਬਚਦੇ ਹੋਏ ਲੋਕਾਂ ਤੋਂ ਆਏ ਨਜ਼ਰ। ਪੱਤਰਕਾਰਾਂ ਨੂੰ ਵੀ ਉਸਦੇ ਸੁਰੱਖਿਆ ਗਾਰਡਾਂ ਵੱਲੋਂ ਮਾਰੇ ਗਏ ਧੱਕੇ। ਲਾਡੀ ਸ਼ੇਰੋਵਾਲੀਆ ਤੇ SHO ਬਾਜਵਾ ਦੇ ਮਾਮਲੇ ਨੇ ਸ਼ਾਹਕੋਟ ਜ਼ਿਮਨੀ ਚੋਣਾਂ ਦੇ ਮੁੱਦੇ ਪਟਕਾਏ। ਨਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਵਾਲੀ ਸਬ ਕਮੇਟੀ ਨੇ ਮੁੱਖ ਮੰਤਰੀ ਨੂੰ ਸੌਂਪੀ ਆਪਣੀ ਰਿਪੋਰਟ। ਸਿੱਧੂ ਦੀ ਅਗਵਾਈ ਵਾਲੀ ਕਮੇਟੀ ਨੇ ਰੇਤਾ ਸਸਤਾ ਹੋਣ ਦੀ ਵਧਾਈ ਉਮੀਦ। ਉਹਨਾਂ ਕਿਹਾ ਕਿ ਪੰਜਾਬ ਕੋਲ 100 ਸਾਲਾਂ ਲਈ ਰੇਤ ਤੇ 170 ਸਾਲਾਂ ਲਈ ਮੌਜੂਦ ਨੇ ਬਜਰੀ ਦੇ ਭੰਡਾਰ। ਸਿਆਸਤ ਵਿੱਚ ਦਲ ਬਦਲਣ ਦਾ ਦੌਰ ਸ਼ੁਰੂ। ਕੈਪਟਨ ਨੇ ਅਕਾਲੀ ਦਲ ਦੇ ਜਨਰਲ ਸਕੱਤਰ ਰਵਿੰਦਰ ਟੁਰਨਾ ਤੇ ਜਸਵੀਰ ਸਿੰਘ ਸਹਿਤ ਸ਼ਾਹਕੋਟ ਹਲਕੇ ਦੇ 23 ਪਿੰਡਾਂ ਦੇ ਸਰਪੰਚਾਂ ਨੂੰ ਕੀਤਾ ਕਾਂਗਰਸ ਵਿੱਚ ਸ਼ਾਮਿਲ। ਸੁਖਬੀਰ ਬਾਦਲ ਨੇ ਕੁਝ ਹੀ ਸਮੇਂ ਵਿੱਚ ਕੈਪਟਨ ਨੂੰ ਦਿੱਤੀ ਮਾਤ। ਕਾਂਗਰਸ ਦੇ ਜਨਰਲ ਸਕੱਤਰ ਰਾਜਿੰਦਰ ਦੀਪਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ। ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਨੇ ਛੱਡੀ ਪਾਰਟੀ, ਕੈਪਟਨ ਨੇ ਕਰਵਾਇਆ ਕਾਂਗਰਸ ਵਿੱਚ ਸ਼ਾਮਿਲ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ ਦੇ ਨਤੀਜੇ। ਲੁਧਿਆਣਾ ਦੇ ਗੁਰਪ੍ਰੀਤ ਨੇ ਪਹਿਲਾ ਸਥਾਨ, ਕਪੂਰਥਲਾ ਦੀ ਜਸਮੀਨ ਕੌਰ ਨੇ ਦੂਸਰਾ ਸਥਾਨ ਤੇ ਫਤਿਹਗੜ੍ਹ ਸਾਹਿਬ ਦੀ ਪੁਨੀਤ ਕੌਰ ਨੇ ਤੀਜਾ ਸਥਾਨ ਕੀਤਾ ਹਾਸਲ। 10ਵੀਂ ਦੀ ਪ੍ਰੀਖਿਆ ਦੇ ਵਿੱਚ ਪੰਜਾਬੀ ਵਿਸ਼ੇ 'ਚੋਂ ਫੇਲ ਹੋਏ ਹਜ਼ਾਰਾਂ ਵਿਦਿਆਰਥੀ। ਪੰਜਾਬੀ ਬੁੱਧੀਜੀਵੀਆਂ ਨੇ ਜਤਾਈ ਚਿੰਤਾ। ਕਿਤਾਬਾਂ ਵਿੱਚੋਂ ਪੰਜਾਬੀ ਅਤੇ ਸਿੱਖ ਇਤਿਹਾਸ ਗਾਇਬ ਕਰਨ ਤੋਂ ਬਾਅਦ ਸਰੀਰਕ ਸਿੱਖਿਆ ਦਾ ਮਾਮਲਾ ਪੈ ਸਕਦਾ ਹੈ ਸਰਕਾਰ ਤੇ ਭਾਰੀ। ਸਰੀਰਕ ਸਿੱਖਿਆ ਦਾ ਵਿਸ਼ਾ ਲਾਜ਼ਮੀ ਵਿਸ਼ਾ ਵਿੱਚੋਂ ਕੱਢ ਕੇ 94ਵੇਂ ਵਿਸ਼ਾ ਵਿੱਚ ਪਾਏ ਜਾਣ ਦਾ ਹੋ ਰਿਹਾ ਵਿਰੋਧ। ਸਰਕਾਰ ਦਾ ਨਵਾਂ ਫੈਸਲਾ ਕਿ ਪੰਜਾਬ ਵਿੱਚ ਬੱਚੇ ਪੜ੍ਹਨਗੇ ਚੀਨੀ ਭਾਸ਼ਾ। ਸਿਆਸਤਦਾਨਾਂ ਤੇ ਬੁੱਧੀਜੀਵੀਆਂ ਦਾ ਕਹਿਣਾ ਕਿ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਚੀਨੀ ਭਾਸ਼ਾ ਨੂੰ ਪੜ੍ਹਾਉਣਾ ਹੈ ਗਲਤ। ਪੰਜਾਬ ਚਾਈਲਡ ਰਾਈਟ ਕਮਿਸ਼ਨ ਨੇ ਸਕੂਲਾਂ ਉੱਪਰ ਕਸੀ ਨਕੇਲ। ਕਮਿਸ਼ਨ ਦੇ ਆਦੇਸ਼ ਕਿ ਫੀਸਾਂ ਦੇ ਲਈ ਬੱਚਿਆਂ ਦੇ ਉੱਪਰ ਨਾ ਪਾਇਆ ਜਾਵੇ ਦਬਾਅ, ਮਾਪਿਆਂ ਨਾਲ ਕੀਤਾ ਜਾਵੇ ਸੰਪਰਕ, ਨਹੀਂ ਮੰਨੇ ਤਾਂ ਹੋ ਸਕਦੀ ਹੈ 3 ਸਾਲ ਦੀ ਜੇਲ੍ਹ ਤੇ 1 ਲੱਖ ਰੁਪਏ ਜੁਰਮਾਨਾ। ਪਟਿਆਲਾ ਪ੍ਰਦੂਸ਼ਣ ਸੰਬੰਧੀ WHO ਦੀ ਆਈ ਰਿਪੋਰਟ ਤੇ ਉੱਠ ਰਹੇ ਨੇ ਸਵਾਲ, ਸਰਕਾਰ ਕਰਵਾਵੇ ਜਾਂਚ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਨ ਸਿੰਘ ਪੰਨੂ ਨੇ ਰਿਪੋਰਟ ਨੂੰ ਦੱਸਿਆ ਤਰਕਹੀਨ। ਇਹ ਜੋ ਰਿਪੋਰਟ ਉਹਨਾਂ ਨੇ ਦਿੱਤੀ ਹੈ ਇਹ ਸਹੀ ਨਹੀਂ, ਤੱਥਾਂ ਤੇ ਆਧਾਰਿਤ ਨਹੀਂ, ਤਰਕਹੀਨ ਰਿਪੋਰਟ ਹੈ, ਤਰਕਹੀਨ ਰਿਪੋਰਟ ਹੈ, ਤਰਕਹੀਨ ਰਿਪੋਰਟ ਹੈ। ਮੰਡੀ, ਗੋਬਿੰਦਗੜ੍ਹ, ਖੰਨਾ, ਲੁਧਿਆਣਾ ਇਹ ਜ਼ਿਆਦਾ ਪੋਲਿਊਟਡ ਸ਼ਹਿਰ ਨੇ ਬਾਕੀਆਂ ਦੇ ਮੁਕਾਬਲੇ 'ਚ। ਆਪਣੀਆਂ ਮੰਗਾਂ ਮਨਵਾਉਣ ਲਈ ਆਂਗਣਵਾੜੀ ਵਰਕਰਾਂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ। ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਘਰ ਕਣਕ ਦੇ ਪਹੁੰਚੇ ਆਂਗਣਵਾੜੀ ਵਰਕਰ। ਰੋਸ ਵਜੋਂ ਪੰਜਾਬ ਸਰਕਾਰ ਦੀ ਕੀਤੀ ਗਈ ਆਲੋਚਨਾ। ਸਾਡੇ ਵਾਰੀ ਇਹ ਕਹਿੰਦੇ ਕਿ ਸਾਡਾ ਖਜ਼ਾਨਾ ਖਾਲੀ ਆ, ਪਰ ਇਹਨਾਂ ਕੋਲ ਆਪਣੀਆਂ ਸਾਰੀਆਂ ਜੋ ਇਹ ਐਸ਼ਪ੍ਰਸਤੀ ਕਰਦੇ ਫਿਰਦੇ, ਕਦੀ ਅਰਨਾ ਹੁਣ ਬਾਹਰ ਗਈ ਆ, ਕਦੀ ਇਹ ਕੈਪਟਨ ਜਾ ਕੇ ਪਹਾੜਾਂ ਵਿੱਚ ਰੂਸਾਂ ਦੇ ਨਾਲ ਸੈਰਾਂ ਕਰਦਾ ਫਿਰਦਾ, ਸਾਰੇ ਮੰਤਰੀ ਇਹਨਾਂ ਦੀ ਐਸ਼ਪ੍ਰਸਤੀ ਕਰਨ ਡੇ, ਉਹਨਾਂ ਵਾਸਤੇ ਇਹਨਾਂ ਕੋਲ ਖਰਚਾ ਹੈਗਾ, ਪਰ ਸਾਡੇ ਬੱਚਿਆਂ ਵਾਸਤੇ ਇਹਨਾਂ ਕੋਲ ਖਰਚਾ ਨਹੀਂ ਹੈਗਾ। ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਇਹ ਕਣਕ ਦੇਣ ਆਏ ਹਾਂ ਕਿ ਤੁਸੀਂ ਆ ਲਓ, ਜੇ ਤੁਹਾਡੇ ਅਜੇ ਵੀ ਤੁਹਾਡੀ ਭੁੱਖਾ ਹੈ ਨਹੀਂ ਤੁਹਾਡੇ ਕੋਲ ਕੁਛ, ਤਾਂ ਸਾਡੇ ਕੋਲ ਕਣਕ ਲੈ ਕੇ ਇਹੀ ਖਾ ਲਓ ਤੁਸੀਂ, ਪਰ ਸਾਡੀ ਇਹ ਕਣਕ ਵੀ ਨਹੀਂ ਲੈਣ ਆ ਰਹੇ। ਇੰਨੇ ਢੀਠ ਕਾਂਗਰਸ ਦੇ ਮੰਤਰੀ ਤੇ MLA ਅਸੀਂ ਵੇਖੇ ਆ ਕਿ ਇਹ ਜਿਹੜੇ ਆ ਜਦੋਂ ਵੋਟਾਂ ਲੈਣੀ ਉਦੋਂ ਤੇ ਘਰਾਂ ਤੱਕ ਜਾਂਦੇ, ਜਦੋਂ ਅਸੀਂ ਆਉਂਦੀ ਆ ਸਾਡੇ ਲਈ ਤਾਂ ਗਲੀ ਵੀ ਜਿਹੜੀ ਆ ਲੋਕ ਕਰ ਦਿੰਦੀ ਆ, ਹਰ ਵਾਰੀ ਆਪਣੇ ਗੁੰਡਿਆਂ ਨੂੰ ਅੱਗੇ ਖੜ ਕਰ ਦਿੰਦੀ ਆ। ਇਹ ਅਸੀਂ ਕਹਿੰਦੇ ਸਾਡੇ ਕੋਲ ਕਣਕ ਹੀ ਲੈ ਲਾ ਆਣ ਕੇ, ਤਾਂ ਸਾਨੂੰ ਨਹੀਂ ਦੇਣੀ, ਸਾਡੇ ਕੋਲ ਲੈ ਆ, ਅਸੀਂ ਤੈਨੂੰ ਦੇ ਲੈਣੀ ਆ, ਸਾਡੇ ਕੋਲ ਇੰਨੀ ਕਪੈਸਿਟੀ ਅਜੇ ਹੈਗੀ ਆ ਕਿ ਸਾਡੇ ਘਰ ਵਿੱਚ ਜੇ ਪਟੋਲੇ ਭਰੇ ਆ ਜੇ ਖਾਲੀ ਨਹੀਂ ਹੋਏ, ਅਸੀਂ ਤੁਹਾਨੂੰ ਕਣਕ ਦਿਨਾ, ਤੁਸੀਂ ਲੈ ਕੇ ਖਾ ਲਓ ਸਾਡੇ ਕੋਲੋਂ, ਪਰ ਇਹ ਉਹ ਵੀ ਲੈਣ ਲਈ ਤਿਆਰ ਨਹੀਂ ਹੈਗੇ। 12 ਤੋਂ 31 ਮਈ ਤੱਕ ਚੰਡੀਗੜ੍ਹ ਦੇ ਹਵਾਈ ਅੱਡੇ ਦੀਆਂ ਸਾਰੀਆਂ ਉਡਾਨਾਂ ਰਹਿਣਗੀਆਂ ਰੱਦ। ਹਵਾਈ ਅੱਡੇ ਦੇ ਐਕਸਟੈਂਸ਼ਨ ਨੂੰ ਲੈ ਕੇ ਲਿਆ ਗਿਆ ਇਹ ਫੈਸਲਾ। ਮੰਗਾਂ ਨਾ ਮੰਨਣ ਕਾਰਨ 11 ਮਈ ਨੂੰ ਪੰਜਾਬ ਭਰ ਵਿੱਚ ਬੰਦ ਰਹੇ 108 ਸੇਵਾ। ਤਨਖਾਹ ਨਾ ਮਿਲਣ ਕਾਰਨ ਕਰਮਚਾਰੀ ਪਰੇਸ਼ਾਨ। ਆਦਮਪੁਰ ਵਿੱਚ ਇਨਸਾਨੀਅਤ ਹੋਈ ਸ਼ਰਮਸਾਰ। 17 ਸਾਲ ਦੀ ਲੜਕੀ ਨਾਲ ਬਾਬੇ ਨੇ ਕੀਤਾ ਜਬਰ ਜਨਾਹ।
दोषी इलाज करन दे बहाने करदा सी लोका दा इलाज, बाबे ने 17 साल दी कुड़ी दा इलाज करन बहाने कीता जबरजना। टांडा विच दुखदई वारदात, रंजिश दे चलदियां घर नूं लगाई गई अग, 11 साल दा बच्चा अग विच सड़के होया सवा, 4 लोक होए जख्मी। अमृतसर दे विच होया वड्डा हादसा, पासिया चौक स्थित कई घरां नूं लगी अग, लड़की ने अपनी जान बचाण लई तीसरी मंजिल तों मारी छाल, होई मौत। फगवाड़ा दे नजदीक पिंड मौली दे विच नाड़ नूं अग लगण कारण कई रेल गड्डियां होईयां प्रभावित। नाभा दे विच साइकिल दी दुकान विच होया धमाका, कंप्रेशर फटिया। अमृतसर दे सुनियारे नूं गोली मार के 33 लाख दा लुटिया सोना ते 2 लाख दी लुटी नगदी। फतेहगढ़ साहिब अदालत दी पेशी तों परेशान नौजवान ने कीती खुदकुशी। मोगा बोहर ब्रांच दे नजदीक प्रेमी जोड़े दीआं मिलीआं लाशां। बठिंडा विच कर्ज तों परेशान किसान ने रेलगड्डी अग्गे आ के कीती आत्महत्या। सरवण पुत भाल रहीआं ने मावां, कौमांतरी मां दिवस उपर देखणा ना भुलना अजीत वैब टीवी दी एक खास रिपोर्ट। शाक और जिमनी चोणां दी हर खबर ते अजीत दी पैनी नजर, वेखणा ना भुलना 30 मई नूं शाक और जिमनी चोणां दे नतीजे सिर्फ अजीत वैब टीवी ते। सो ए सी पंजाब इस हफ्ते दा हाल, आवांगे अगली बार नवीआं खबरां ते टिप्पणीआं दे नाल। तुसीं बने रहो अजीत वैब टीवी दे नाल। धन्नवाद।